ਜਿਵੇਂ ਸਾਰੇ ਲੋਕ ਧਾਰਮਿਕ ਸਥਾਨਾਂ ਨੂੰ ਸ਼ਰਧਾ ਭਾਵਨਾ ਦੇ ਚਲਦੇ ਸਤਿਕਾਰ ਅਤੇ ਦਾਨ ਦਿੰਦੇ ਨੇ ਅਤੇ ਧਾਰਮਿਕ ਸਥਾਨਾਂ ਨੂੰ ਸਿਜਦਾ ਵੀ ਕਰਦੇ ਨੇ, ਠੀਕ ਉਸੇ ਪ੍ਰਕਾਰ ਸਰਕਾਰੀ ਸਕੂਲਾਂ ਨੂੰ ਵੀ ਸਿਜਦਾ ਕਰਕੇ ਦਾਨ ਪੁੰਨ ਕਰਨਾ ਚਾਹੀਦਾ ਅਤੇ ਸਕੂਲਾਂ ਦੀ ਤਰੱਕੀ ਦੇ ਲਈ ਵੀ ਧਾਰਮਿਕ ਸਥਾਨਾਂ ਦੇ ਬਰਾਬਰ ਸਹਿਯੋਗ ਦੇਣਾ ਚਾਹੀਦਾ। ਇਹ ਕਹਿਣਾ PPCC ਦੇ ਜ਼ਿਲ੍ਹਾ ਪ੍ਰਧਾਨ ਰਾਜਾ ਵੀਰ ਕਲਾਂ ਦਾ। ਉਹ ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ਾਹਪੁਰ ਕਲਾਂ ਦੇ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀ ਵੰਡਣ ਦੇ ਲਈ ਆਯੋਜਿਤ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਸ਼ਿਰਕਤ ਕਰਨ ਦੇ ਲਈ ਪਹੁੰਚੇ ਸਨ। ਇਸ ਪਹਿਲਕਦਮੀ ਦੇ ਲਈ ਰਾਜਾ ਵੀਰ ਕਲਾਂ ਨੇ ਸਕੂਲ ਦੇ ਮਿਹਨਤੀ ਸਟਾਫ ਅਤੇ ਸਰਵ ਕਲਾ ਮੰਚ ਦੇ ਮੈਂਬਰਾਂ ਨੂੰ ਵਧਾਈ ਵੀ ਦਿੱਤੀ ਹੈ। ਇੱਥੋਂ ਦੇ ਬੱਚਿਆਂ ਦਾ ਅਨੁਸ਼ਾਸਨ ਦੇਖ ਕੇ ਔਰ ਸਕੂਲ ਦੇ ਕਲਾਸਰੂਮ ਦੀ ਸਫਾਈ ਦੇਖ ਕੇ ਔਰ ਕਲਾਸਰੂਮ ਦੇ ਅੰਦਰ ਲੱਗੇ ਵੱਖ ਵੱਖ ਨਕਸ਼ਿਆਂ ਤੋਂ ਪਤਾ ਲੱਗਦਾ ਕਿ ਟੀਚਰਾਂ ਦੀ ਜਿਹੜੀ ਸੋਚ ਹੈ ਉਹ ਬੱਚਿਆਂ ਲਈ ਬਹੁਤ ਚੰਗੀ ਅਤੇ ਉਹਨਾਂ ਨੂੰ ਅੱਗੇ ਲੈ ਕੇ ਜਾਣ ਵਾਲੀ ਸੋਚ ਹੈ। ਦੂਜਾ, ਸਰਬ ਸਾਂਝਾ ਮੰਚ ਵੱਲੋਂ ਇਸ ਸਕੂਲ ਦੇ ਲਈ ਸਮੇਂ-ਸਮੇਂ 'ਤੇ ਸਾਥ ਦੇ ਕੇ ਇੱਥੋਂ ਦੀ ਡਿਵੈਲਪਮੈਂਟ ਲਈ ਜਿਹੜਾ ਸਾਥ ਦਿੱਤਾ ਜਾ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਔਰ ਸਾਨੂੰ ਸਾਰਿਆਂ ਨੂੰ ਇਹ ਉਪਰਾਲਾ ਕਰਨਾ ਪੈਣਾ ਕਿ ਜਿਸ ਤਰ੍ਹਾਂ ਅਸੀਂ ਧਾਰਮਿਕ ਸਥਾਨਾਂ ਦੇ ਨਾਲ ਜੁੜੇ ਹੋਏ ਹਾਂ ਉਸੇ ਤਰ੍ਹਾਂ ਸਾਡਾ ਇਹ ਸਾਰਿਆਂ ਦਾ ਇੱਕ ਟਾਰਗੇਟ, ਇੱਕ ਨਿਸ਼ਾਨਾ ਹੋਣਾ ਚਾਹੀਦਾ ਹੈ ਕਿ ਅਸੀਂ ਪਿੰਡ ਦੇ ਸਕੂਲ ਲਈ ਅਤੇ ਪਿੰਡ ਦੇ ਹੋਸਪਿਟਲ ਦੀ ਡਿਵੈਲਪਮੈਂਟ ਲਈ ਵੀ ਤਹੀਆ ਕਰੀਏ। ਉਸ ਤਰ੍ਹਾਂ ਦਾ ਤਹੀਆ ਇੱਥੋਂ ਦੇ ਨੌਜਵਾਨ ਨੇ, ਜਿਹੜੇ ਸਾਡੇ ਸਾਥੀ ਨੇ, ਇਹਨਾਂ ਨੇ ਕੀਤਾ ਹੋਇਆ ਔਰ ਇਸ ਸਕੂਲ ਦੇ ਵਿੱਚ ਸਮੇਂ-ਸਮੇਂ 'ਤੇ ਜਿੱਥੇ ਯੋਗਦਾਨ ਪਾਉਂਦੇ ਨੇ ਅੱਜ ਇੱਥੋਂ ਦਾ ਸਕੂਲ ਹੈ ਜਿਹੜਾ ਤਰੱਕੀ ਦੇ ਰਾਹਾਂ 'ਤੇ ਹੈ ਉਹ ਇਹਨਾਂ ਦੀ ਸ਼ਲਾਘਾਯੋਗ ਕਦਮ ਕਰਕੇ ਹੀ ਹੈ। ਦੇਖੋ ਜੀ, ਸਰਕਾਰ ਬਣੀ ਨੂੰ 6-7 ਮਹੀਨੇ ਦਾ ਸਮਾਂ ਹੋਇਆ। ਸਰ ਕੈਪਟਨ ਅਮਰਿੰਦਰ ਸਿੰਘ ਐਜੂਕੇਸ਼ਨ ਨੂੰ ਲਾਈਕ ਕਰਨ ਵਾਲੇ ਇਨਸਾਨ ਨੇ, ਸੋ ਉਹਨਾਂ ਦਾ ਇੱਕ ਬੜਾ ਵੱਡਾ ਉਹਨਾਂ ਦਾ ਵਿਜ਼ਨ ਹੈ ਕਿ ਮੈਂ ਐਜੂਕੇਸ਼ਨ ਦੇ ਵਿੱਚ ਪੰਜਾਬ ਨੂੰ ਦੂਜੇ ਸੂਬਿਆਂ ਦੇ ਵਿੱਚੋਂ ਮੋਹਰੀ ਰੋਲ ਜਿਹੜਾ ਦੇਣਾ ਔਰ ਸੂਬੇ ਨੂੰ, ਪੰਜਾਬ ਨੂੰ ਮੈਂ ਸਭ ਤੋਂ ਅੱਗੇ ਲੈ ਕੇ ਆਉਣਾ। ਇਹ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੈ ਔਰ ਜਿਹੜੀ ਐਜੂਕੇਸ਼ਨ ਪ੍ਰਤੀ ਨੀਤੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਊਗੀ। ਦੇਖੋ ਜੀ, ਮੈਂ ਤਾਂ ਇਹ ਸਾਂਝੇ ਤੌਰ 'ਤੇ ਕਹਿਣਾ ਕਿ ਸਾਨੂੰ ਸਾਰਿਆਂ ਨੂੰ ਜਿੱਥੇ ਅਸੀਂ ਸਮਾਜ ਦੇ ਵਿੱਚ ਅੱਗੇ ਵਿਚਰਦੇ ਹਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਪ੍ਰੇਰ ਕੇ ਸਕੂਲਾਂ ਵੱਲ ਲਾਈਏ ਤਾਂ ਕਿ ਜਿੱਥੋਂ ਸਾਡੀ ਆਉਣ ਵਾਲੀ ਜਨਰੇਸ਼ਨ ਤਰੱਕੀ ਦੇ ਰਾਹ 'ਤੇ ਜਾਊਗੀ ਔਰ ਦੂਜੇ ਮੁਲਕਾਂ ਦੇ ਬੱਚਿਆਂ ਦੇ ਹਾਨੀ ਹੋਊਗੀ। ਇਹ ਸਾਨੂੰ ਸਾਰਿਆਂ ਨੂੰ, ਜਿੱਥੇ ਸਾਡੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ ਸਾਨੂੰ ਸਕੂਲਾਂ ਦੇ ਨਾਲ ਜੁੜਨਾ ਚਾਹੀਦਾ। ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਪੁਰ ਕਲਾਂ ਦੇ ਵਿੱਚ ਇਹ ਵਰਦੀਆਂ ਵੰਡੀਆਂ ਗਈਆਂ ਅਤੇ ਨਾਲ ਦੀ ਨਾਲ ਹੀ ਵਰਦੀਆਂ ਨਾਲ ਇੱਕ ਨਵਾਂ ਉਪਰਾਲਾ ਸਕੂਲ ਅਤੇ ਕਲੱਬ ਮੈਂਬਰਾਂ ਸਹਿਯੋਗ ਨਾਲ ਕੀਤਾ ਗਿਆ, ਜਿਹਦੇ ਵਿੱਚ ਅਸੀਂ ਕਟਾਈ ਬੈਲਟ ਅਤੇ ਆਇਡੈਂਟੀ ਕਾਰਡ, ਸ਼ਨਾਖਤੀ ਕਾਰਡ ਇਹਨਾਂ ਬੱਚਿਆਂ ਦੇ ਲਈ ਸਾਰੇ ਸਕੂਲ ਦੇ ਲਈ ਜਾਰੀ ਕੀਤੇ ਨੇ ਅਤੇ ਇੱਕ ਨਵੀਂ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਆਮ ਸਕੂਲਾਂ ਦੇ ਵਿੱਚ ਅਸੀਂ ਉਹੀ ਟ੍ਰੈਡੀਸ਼ਨਲ ਜਿਹੜੇ ਸਾਡੇ ਕੋਲ ਰੰਗ ਨੇ ਗਏ ਉਹ ਅਸੀਂ ਪਾਈ ਜਾਂਦੇ ਹਾਂ ਅਤੇ ਅਸੀਂ ਇੱਕ ਨਵੀਂ ਵਰਦੀ ਦਾ ਵੀ ਜਿਹੜਾ ਰੰਗ ਹੈ ਉਹ ਅਲੱਗ ਤੋਂ ਚੇਂਜ ਕੀਤਾ ਤਾਂ ਕਿ ਇਹਨਾਂ ਬੱਚਿਆਂ ਦੀ ਮਨੋਬਲ ਉੱਚਾ ਹੋਵੇ ਅਤੇ ਇਹਨਾਂ ਬੱਚਿਆਂ ਨੂੰ ਵੀ ਲੱਗੇ ਕਿ ਅਸੀਂ ਵਧੀਆ ਸਕੂਲਾਂ ਦੇ ਵਿੱਚ ਪੜ੍ਹ ਰਹੇ ਹਾਂ ਅਤੇ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ। ਦੇਖੋ, ਸਰਕਾਰ ਵੱਲੋਂ ਵਰਦੀ ਹਰ ਸਾਲ ਮੁਹੱਈਆ ਕੀਤੀ ਜਾਂਦੀ ਹੈ ਅਤੇ ਉਸ ਦੇ ਨਾਲ ਨਾਲ ਅਸੀਂ ਇੱਕ ਨਵੀਂ ਬਿਰਤ ਪਾਈ ਹੈ ਕਿ ਇਹ ਬੱਚੇ ਕਿਸੇ ਵੀ ਚੀਜ਼ ਤੋਂ, ਕਿਸੇ ਵੀ ਪੱਖ ਤੋਂ, ਕਿਤਾਬਾਂ ਵੀ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਨੇ ਅਤੇ ਅਸੀਂ ਇਹਨਾਂ ਨੂੰ ਆਇਡੈਂਟੀ ਕਾਰਡ, ਟਾਈ ਅਤੇ ਬੈਲਟ ਜਾਰੀ ਕੀਤੇ ਨੇ ਤਾਂ ਕਿ ਇਹਨਾਂ ਬੱਚਿਆਂ ਨੂੰ ਇਹ ਨਾ ਲੱਗੇ ਵੀ ਸਾਡੇ ਕੋਲ ਕਿਸੇ ਵੀ ਚੀਜ਼ ਦੀ ਕੋਈ ਘਾਟ ਹੈਗੀ। ਸਕੂਲ ਦੇ ਵਿੱਚ 170 ਬੱਚੇ ਨੇ ਅਤੇ ਸਾਰੇ ਹੀ ਬੱਚਿਆਂ ਨੂੰ ਇਹ ਜਿਹੜਾ ਸਮਾਨ ਹੈ ਉਹ ਦਿੱਤਾ ਗਿਆ। ਅਸੀਂ ਸਾਰੇ ਸਕੂਲਾਂ ਨੂੰ ਇਹ ਅਪੀਲ ਕਰਦੇ ਹਾਂ, ਸਾਰੇ ਅਧਿਆਪਕ ਸਾਹਿਬਾਨ ਨੂੰ ਕਿ ਉਹ ਵੀ ਇਸ ਤਰ੍ਹਾਂ, ਅਸੀਂ ਵੀ ਅੱਗੇ ਕਿਸੇ ਤੋਂ ਸਿੱਖ ਰਹੇ ਹਾਂ ਅਤੇ ਉਹ ਵੀ ਨਾਲ ਦੀ ਨਾਲ ਇੱਕ ਨਵੀਂ ਬਿਰਤ ਹੈ ਜਿਹੜੀ ਹਰ ਇੱਕ ਸਕੂਲਾਂ ਵਿੱਚ ਪਾਈ ਜਾਵੇ ਤਾਂ ਕਿ ਸਰਕਾਰੀ ਸਕੂਲਾਂ ਦਾ ਜਿਹੜਾ ਮਾਹੌਲ ਹੈ ਉਹ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਵੀ ਸਰਕਾਰੀ ਸਕੂਲਾਂ ਦੇ ਵਿੱਚ ਆਹ ਚੀਜ਼ ਘੱਟ ਆ, ਆਹ ਚੀਜ਼ ਘੱਟ ਹੈ। ਸੋ ਅਸੀਂ ਸੋਚਦੇ ਹਾਂ, ਅਸੀਂ ਚਾਹੁੰਦੇ ਹਾਂ ਜੇ ਅਸੀਂ ਕੋਸ਼ਿਸ਼ ਕਰਾਂਗੇ
ਉਹ ਸਾਰਾ ਕੁਛ ਅਸੀਂ ਆਪਣੇ ਸਕੂਲਾਂ ਦੇ ਵਿੱਚ ਹਾਸਿਲ ਕਰ ਸਕਦੇ ਹਾਂ। ਪਿੰਡ ਦਾ ਤੁਹਾਡੇ ਨਾਲ ਸਹਿਯੋਗ ਹੋਣਾ ਚਾਹੀਦਾ, ਤੁਹਾਡੇ ਕਲੱਬ ਜਿਵੇਂ ਸਾਡੇ ਕੋਲ ਇੱਥੇ ਇੱਕ ਸਰਬ ਸਾਂਝਾ ਵਿਚਾਰ ਮੰਚ ਕਲੱਬ ਹੈ ਸ਼ਾਹਪੁਰ ਕਲਾਂ ਦਾ, ਉਹ ਸਾਡੀ ਹਰ ਇੱਕ ਪੱਖ ਤੋਂ ਮਦਦ ਕਰਦਾ ਆ ਰਿਹਾ। ਜਦੋਂ ਵੀ ਅਸੀਂ ਬੁਲਾਉਂਦੇ ਹਾਂ, ਅੱਜ ਵੀ ਸਾਡੇ ਸ਼ੋਰੇ ਸੱਦੇ 'ਤੇ ਇਸ ਸਕੂਲ ਦੇ ਵਿੱਚ ਸ਼੍ਰੀ ਰਜਿੰਦਰ ਰਾਜਾ ਜੀ, ਜ਼ਿਲ੍ਹਾ ਪ੍ਰਧਾਨ, ਕਾਂਗਰਸ ਕਮੇਟੀ, ਉਹ ਵੀ ਸਾਡੇ ਇੱਥੇ ਪਹੁੰਚੇ ਨੇ ਅਤੇ ਉਹਨਾਂ ਨੇ ਆ ਕੇ ਸਾਰਾ ਜਿਹੜਾ ਸਾਡਾ ਸਮਾਗਮ ਉਹ ਨੇਪਰੇ ਚਾੜਿਆ। ਸੋ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ। ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਤਕਰੀਬਨ 170-180 ਬੱਚੇ ਪੜ੍ਹਦੇ ਆ ਅਤੇ ਸਾਡਾ ਇੱਕ ਛੋਟੀ ਜਿਹੀ ਸੰਸਥਾ ਸਰਬ ਸਾਂਝਾ ਵਿਚਾਰ ਮੰਚ, ਜੋ ਕਿ ਧੀਆਂ ਦਾ ਲੋਹੜੀ ਮੇਲਾ ਵੀ ਹਰ ਸਾਲ ਕਰਾਉਂਦੀ ਆ, ਉਹਦੀ ਇੱਕ ਸੋਚ ਸੀਗੀ ਵੀ ਜਿਹੜੇ ਸਾਡੇ ਸਕੂਲ ਦੇ ਬੱਚੇ ਆ ਉਹਨਾਂ ਨੂੰ ਇੱਕ ਵਿਲੱਖਣ ਪਹਿਚਾਣ ਦਿੱਤੀ ਜਾਵੇ। ਕਲੱਬ ਵੱਲੋਂ ਪਿਛਲੇ ਸਾਲ ਵੀ ਬੱਚਿਆਂ ਨੂੰ ਆਈਡੈਂਟੀ ਕਾਰਡ, ਪਹਿਚਾਣ ਪੱਤਰ ਬਣਾ ਕੇ ਦਿੱਤੇ ਗਏ ਸੀ। ਐਤਕੀ ਅਧਿਆਪਕਾਂ ਦੇ ਸਹਿਯੋਗ ਨਾਲ ਬਹੁਤ ਵੱਡਾ ਉਪਰਾਲਾ ਇਸ ਤੋਂ ਅੱਗੇ ਵਧਿਆ ਸੀ। ਯੂਨੀਫਾਰਮਾਂ ਜਿਹੜੀ ਬੱਚਿਆਂ ਦੀ ਵਰਦੀ ਉਹ ਚੇਂਜ ਕੀਤੀ ਗਈ ਆ ਅਤੇ ਬੱਚਿਆਂ ਨੂੰ ਆਈਡੈਂਟੀ ਕਾਰਡ, ਪਹਿਚਾਣ ਪੱਤਰਾਂ ਦੇ ਨਾਲ ਇੱਕ ਟਾਈ ਬੈਲਟ ਵੀ ਦਿੱਤੀ ਗਈ ਆ। ਦੇਖੋ ਜੀ, ਅੱਜ ਜਿਹੜੀ ਸਾਡੇ ਇੱਕ ਲੱਗੀ ਹੋਈ ਆ, ਹੋੜ ਲੱਗੀ ਹੋਈ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਣ ਦੀ, ਸਰਕਾਰੀ ਸਕੂਲ ਦੇ ਵਿੱਚ ਇੱਕ ਮਜਬੂਰੀ ਜੀ ਬਣ ਗਈ ਕਿਉਂਕਿ ਬੱਚੇ ਹੁੰਦੇ ਨੇ ਜਿਹੜੇ ਸਾਡੇ ਥੱਲੇ ਬੈਠੇ ਰਹਿੰਦੇ ਨੇ, ਸਰਕਾਰਾਂ ਨੂੰ ਅਣਗੋਲਿਆ ਕੀਤੇ ਗਏ ਨੇ ਜਿਹੜੇ। ਉਹਦੇ ਕਾਰਨ ਇੱਕ ਸੋਚਦੇ ਸੀ ਵੀ ਯਾਰ ਸਾਡੇ ਸਕੂਲ ਨੂੰ ਅਸੀਂ ਕਿਵੇਂ ਉੱਪਰ ਲੈ ਕੇ ਜਾ ਸਕੀਏ। ਬੱਚਿਆਂ ਦੇ ਬੈਠਣ ਲਈ ਕਲੱਬ ਦੇ ਬਹੁਤ ਵੱਡੇ ਸਹਿਯੋਗ ਦੇ ਨਾਲ ਜਿੱਥੇ ਬੈਂਚ ਬਣੇ ਨੇ ਅਤੇ ਉੱਥੇ ਬੱਚਿਆਂ ਨੂੰ ਅਸੀਂ ਇੱਕ ਰੋਲ ਮਾਡਲ ਸਥਾਪਿਤ ਕੀਤਾ ਬਾਕੀ ਸਕੂਲਾਂ ਲਈ ਵੀ ਕੋਈ ਹੀਣ ਭਾਵਨਾ ਨਹੀਂ ਕਿਸੇ ਬੱਚੇ ਦੀ ਆਊਗੀ। ਬੜਾ ਫਾਖਰ ਮਹਿਸੂਸ ਹੁੰਦਾ, ਮਾਪਿਆਂ ਨੂੰ ਵੀ ਫਾਖਰ ਮਹਿਸੂਸ ਹੁੰਦਾ ਕਿ ਸਾਡੇ ਬੱਚੇ ਇੱਕ ਵਧੀਆ ਸਕੂਲ 'ਚ ਪੜ੍ਹਦੇ ਆ। ਦੇਖੋ ਜੀ, ਕਈ ਵਾਰ ਮਾਣ ਬੜਾ ਦੁਖੀ ਹੁੰਦਾ, ਜਿਹੜੇ ਸਾਡਾ ਨੌਜਵਾਨ ਵਰਗ ਆ ਉਹ ਹੋਰ ਪਾਸੇ ਚਲਾ ਗਿਆ, ਉਹਦੀ ਸੋਚ ਪਤਾ ਨਹੀਂ ਕਿਉਂ ਟਰੈਕਟਰ ਟੋਚਨਾ ਵੱਲ, ਵੱਡੇ ਵੱਡੇ ਮੁਕਾਬਲਿਆਂ ਵੱਲ, ਜਿਹਦਾ ਕਿ ਸਮਾਜ ਨੂੰ ਜਾਂ ਕਿਸੇ ਨੂੰ ਲੋੜਵੰਦ ਨੂੰ ਕੋਈ ਫਾਇਦਾ ਨਹੀਂ ਹੁੰਦਾ। ਟਰੈਕਟਰ ਟੋਚਨਾ ਦੇ 4-5 ਲੱਖ ਰੁਪਇਆ ਲਾ ਦਿੰਦੇ ਆ ਸਾਡੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ। ਕਬੱਡੀ ਦਾ ਵੀ ਮੈਂ ਬਹੁਤ ਖਿਡਾਰੀ ਪੈਦਾ ਹੋਣ ਫੜ ਕੇ ਕਬੱਡੀਆਂ ਮੁੱਲ ਦੀਆਂ ਹੋ ਗਈਆਂ, ਖਿਡਾਰੀ ਮੁੱਲ ਦੇ ਹੋ ਗਏ ਜੇ ਕਿਤੇ ਬੁਲਾਉਣੇ ਆ। ਉਹਦੇ ਨਾਲੋਂ ਨਾਲ ਨਾਲ ਜਿੱਥੇ ਸਾਡੇ ਸਰੀਰ ਦੇ ਵਿਕਾਸ ਲਈ ਖੇਡਾਂ ਵੀ ਜ਼ਰੂਰੀ ਨੇ ਤਾਂ ਸਕੂਲ ਵੀ ਬਹੁਤ ਜ਼ਰੂਰੀ ਨੇ। ਜੇ ਕੋਈ ਪਿੰਡ ਦੀ ਤਰੱਕੀ ਦੀ ਪਹਿਚਾਣ ਆ ਨਾ, ਉਹ ਸਕੂਲ ਹੁੰਦੇ ਆ। ਪਰ ਇਹ ਅਣਗੋਲਿਆ ਵਰਗਾ ਜੀ, ਪਰ ਮੈਂ ਸਾਰੇ ਜਿੰਨੇ ਵੀ ਇਸ ਤੁਹਾਡੇ ਮੀਡੀਆ ਰਾਹੀਂ ਮੈਂ ਨੌਜਵਾਨ ਮੇਰੇ ਭਰਾਵਾਂ ਨੂੰ, ਵੱਖ ਵੱਖ ਕਲੱਬ ਸਮਾਜਿਕ ਲੋਕਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਆਪੋ ਆਪਣੇ ਸਕੂਲਾਂ ਪਰ ਧਿਆਨ ਦੇ ਕੇ ਅਤੇ ਇਸ ਸਕੂਲ ਦੇ ਇੱਕ ਹਸਪਤਾਲਾਂ ਦੀ ਬਿਹਤਰੀ ਲਈ ਅਤੇ ਤੁਸੀਂ ਕੰਮ ਕਰੋ, ਤਾਂ ਹੀ ਤੁਹਾਡੇ ਪਿੰਡ ਦਾ ਜਿਹੜਾ ਵਿਕਾਸ ਤਾਂ ਦਿਸੇਗਾ ਅਤੇ ਸਿਰਫ ਗਲੀਆਂ ਨਾਲੀਆਂ 'ਚੋਂ ਪਿੰਡ ਦਾ ਵਿਕਾਸ ਕਦੇ ਨਹੀਂ ਦਿਸਣਾ। ਦੇਖੋ ਜੀ, ਹਰੇਕ ਇਨਸਾਨ ਦੀ ਕੋਈ ਨਾ ਕੋਈ ਸੋਚ ਹੁੰਦੀ ਆ। ਕੋਈ ਕਹਿੰਦਾ ਮੈਂ ਘਰ ਵਧੀਆ ਬਣਾ ਲਾਂ, ਕੋਈ ਕਹਿੰਦਾ ਮੈਂ ਬੱਚੇ ਵਧੀਆ ਪੜ੍ਹਾ ਲਾਂ। ਚਲੋ, ਮੈਂ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ, ਮਾਪਿਆਂ ਦਾ ਵੱਡਾ ਯੋਗਦਾਨ ਆ, ਬੰਦਾ ਹਰੇਕ ਇਨਸਾਨ ਪਹਿਲਾਂ ਕਰੋਂ ਸਕਦਾ ਅਤੇ ਮੈਨੂੰ ਅਧਿਆਪਕ ਵਧੀਆ ਮਿਲਿਆ ਆਪਦੀ ਜ਼ਿੰਦਗੀ ਦੇ ਵਿੱਚ। ਮੇਰਾ ਇੱਕੋ ਸੁਪਨਾ ਜੀ, ਜਿਹੜਾ ਮੇਰੇ ਪਿੰਡ ਦਾ ਸਕੂਲ ਆ ਇਕੱਲੇ ਪੰਜਾਬ 'ਚੋਂ ਨਹੀਂ ਦੇਸ਼ 'ਚੋਂ ਪਹਿਲੇ ਨੰਬਰ 'ਤੇ ਹੋਵੇ। ਅੱਜ ਤਾਂ ਅਸੀਂ ਜਿਵੇਂ ਕਹਿੰਦੇ ਹੁੰਦੇ ਸਿਰ 'ਚੋਂ ਪੂਣੀ ਕੱਤੀ ਆ ਅਤੇ ਆਉਣ ਵਾਲੇ ਭਵਿੱਖ ਦੇ ਬੜੇ ਵੱਡੇ ਸੁਪਨੇ ਅਸੀਂ ਲਈ ਬੈਠੇ ਹਾਂ ਅਤੇ ਜ਼ਿੰਦਗੀ 'ਚ ਪੂਰੇ ਕਰਕੇ ਜਾਵਾਂਗੇ। ਜਿਹੜਾ ਇਹ ਵਰਦੀ ਵੰਡ ਸਮਾਰੋਹ ਆ, ਇਹ ਸਰਬ ਸਾਂਝਾ ਮੰਚ ਦੇ ਸਹਿਯੋਗ ਨਾਲ ਕੀਤਾ ਗਿਆ। ਇਹਨਾਂ ਦਾ ਸਾਡੇ ਸਕੂਲ ਨੂੰ ਬਹੁਤ ਹੀ ਜ਼ਿਆਦਾ ਸਹਿਯੋਗ ਆ, ਜਿਸ ਦੇ ਕਾਰਨ ਜਿਹੜਾ ਸਾਡਾ ਸਕੂਲ ਆ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈਗਾ। ਅਤੇ ਇਹਨਾਂ ਨੇ ਪਹਿਲਾਂ ਸ਼ੁਰੂ ਵਿੱਚ ਡੈਸਕਾਂ ਪ੍ਰਤੀ ਡਿਮਾਂਡ ਰੱਖ ਕੇ ਐਮਪੀ ਲੈਂਡ ਵਿੱਚੋਂ ਮਤਲਬ ਸਾਨੂੰ ਡੈਸਕ ਜਿਹੜੇ ਨੇ ਮੁਹੱਈਆ ਕਰਾਏ ਅਤੇ ਬੱਚੇ ਸਾਡੇ ਜਿਹੜੇ ਤੱਪੜਾਂ 'ਤੇ ਬੈਠਦੇ ਸੀ ਅੱਜ ਡੈਸਕਾਂ 'ਤੇ ਬੈਠਦੇ ਨੇਗੇ। ਅਤੇ ਅੱਜ ਇਹਨਾਂ ਦੀ ਸਹਾਇਤਾ ਦੇ ਨਾਲ ਹੀ ਟਾਈਆਂ, ਬੈਲਟ ਅਤੇ ਆਈ ਕਾਰਡ ਮਤਲਬ ਬੱਚਿਆਂ ਨੂੰ ਪਵਾਏ ਗਏ। ਅਤੇ ਇਹਨਾਂ ਦੀ ਅਤੇ ਸਾਡੀ ਇਹੀ ਮਤਲਬ ਕੋਸ਼ਿਸ਼ ਹੈ ਕਿ ਅਸੀਂ ਸਾਰੇ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਕੇ ਅਤੇ ਮਤਲਬ ਪੜ੍ਹਾਈ ਦੇ ਤੌਰ 'ਤੇ ਜਾਂ ਬੱਚਿਆਂ ਦੀ ਦਿੱਖ ਦੇ ਤੌਰ 'ਤੇ ਅਸੀਂ ਸਕੂਲ ਨੂੰ ਮਤਲਬ ਤਰੱਕੀ ਦੀ ਰਾਹ 'ਤੇ ਲੈ ਕੇ ਜਾਵਾਂਗੇ। ਮੇਰਾ ਨਾਮ ਹੀਨਾ, ਮੈਂ 5ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਸਾਡੇ ਸਕੂਲ ਵਿੱਚ ਵਰਦੀ ਵੰਡ ਸਮਾਰੋਹ ਹੋਇਆ ਹੈ, ਜਿਸ ਵਿੱਚ ਸਾਨੂੰ ਟਾਈ ਬੈਲਟ, ਆਈ ਕਾਰਡ, ਵਰਦੀ ਮਿਲੀ ਹੈ, ਜਿਸ ਦੀ ਮੈਨੂੰ ਦਿਲੋਂ ਖੁਸ਼ੀ ਹੈ। ਅੱਜ ਮੈਂ ਬੱਚਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸੰਗਰੂਰ ਤੋਂ ਜਗਤਾਰ ਬਾਵਾ ਦੀ ਰਿਪੋਰਟ।
ਜਗਤ ਸੇਵਕ ਵੈਬ ਟੀਵੀ।